ਕੋਰੋਨਾ ਵਾਇਰਸ ਦੇ ਬਚਾਅ ਲਈ ਇੱਕਦਮ ਪੂਰਨ ਤੌਰ 'ਤੇ ਕਰਫਿਊ ਲੱਗਣ ਤੋਂ ਬਾਅਦ ਪੰਜਾਬ ਵਿੱਚ ਆਮ ਜਨਜੀਵਨ ਅਸਤ ਵਿਅਸਤ ਹੋਇਆ ਹੈ। ਉੱਥੇ ਹੀ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਬੇਸ਼ੱਕ ਬਰਨਾਲਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਹੈਲਪਲਾਈਨ ਨੰਬਰ ਅਤੇ ਹੋਮ ਡਿਲੀਵਰੀ ਦੀ ਗੱਲ ਤਾਂ ਕਰ ਰਿਹਾ ਹੈ, ਪਰ ਢਿੱਲੇ ਪ੍ਰੋਸੈਸ ਦੀ ਵਜ੍ਹਾ ਨਾਲ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰ, ਅਸੀਂ 3-4 ਘੰਟਿਆਂ ਤੋਂ ਇੱਥੇ ਬੈਠੇ ਹਾਂ। ਸਾਡੇ ਪੇਸ਼ੈਂਟ ਦੇ ਹੱਥ ਪੈਰ ਸੁੱਜੇ ਪਏ ਨੇ ਸਰ, ਅਤੇ ਇਹਨਾਂ ਨੂੰ ਬਠਿੰਡੇ ਇਹਨਾਂ ਦਾ ਇਲਾਜ ਚੱਲਦਾ ਜੀ, ਅਤੇ ਅਸੀਂ ਇਹਨਾਂ ਦੇ ਇੱਥੋਂ ਲੈਣ ਆਏ ਸੀਗੇ ਜੀ ਪਾਸ, ਅਤੇ ਹੁਣ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ। ਅਸੀਂ ਬਹੁਤ ਉਹਨਾਂ ਨੂੰ ਰਿਕੁਐਸਟ ਵੀ ਕੀਤੀ ਹੈ, ਸਾਡੀ ਕੋਈ ਸੁਣਵਾਈ ਨਹੀਂ ਹੈਗੀ ਸਰ। ਪੇਸ਼ੈਂਟ ਨੂੰ ਕੀ ਦਿੱਕਤ ਕੀ ਹੈ? ਸਰ, ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੈ, ਇਹਨਾਂ ਦਾ ਪੈਰ ਪੂਰ ਸਾਰਾ, ਇਹਦਾ ਢਿੱਡ ਸੁੱਜਿਆ ਹੋਇਆ ਜੀ। ਕਿਸੇ ਮਰੀਜ਼ ਦੇ ਡਾਇਲਸਿਸ ਹੋ ਰਹੇ ਨੇ ਤਾਂ ਕਿਸੇ ਦੀ DNC ਲੁਧਿਆਣਾ ਦਵਾਈ ਚੱਲ ਰਹੀ ਹੈ, ਲੁਧਿਆਣਾ ਜਾਣ ਦੇ ਲਈ ਪਰਮਿਸ਼ਨ ਨਹੀਂ ਮਿਲ ਰਹੀ। ਤਾਂ ਕੋਈ ਹਾਰਟ ਦਾ ਪੇਸ਼ੈਂਟ ਹੈ ਜਿਸਦਾ ਲੁਧਿਆਣਾ ਇਲਾਜ ਚੱਲ ਰਿਹਾ ਹੈ, ਉਹ ਇਲਾਜ ਦੇ ਲਈ ਤੜਫ ਰਿਹਾ ਹੈ। ਦੁੱਧ ਵੇਚਣ ਵਾਲਿਆਂ ਨੂੰ ਪਸ਼ੂਆਂ ਦੇ ਲਈ ਚਾਰਾ ਨਹੀਂ ਮਿਲ ਰਿਹਾ, ਵੱਡੀ ਪਰੇਸ਼ਾਨੀ। 2 ਦਿਨ ਤੋਂ ਪਸ਼ੂ ਭੁੱਖੇ ਹਨ, ਇਗਜ਼ਾਮ ਤੋਂ ਬਾਅਦ ਛੋਟੇ ਬੱਚੇ ਰਿਸ਼ਤੇਦਾਰੀ 'ਚ ਗਏ, ਉੱਥੇ ਹੀ ਫਸ ਗਏ, ਪਰਿਵਾਰ ਫਿਕਰਮੰਦ ਹੈ। ਮੇਰਾ ਨਾਮ ਮਨਦੀਪ ਸ਼ਰਮਾ ਜੀ। ਅਸੀਂ ਸੰਤਾਵਲੀ ਗਲੀ ਵਾਲ ਬਰਨਾਲਾ ਦੇ ਰਹਿਣ ਵਾਲੇ ਹਾਂ ਜੀ। ਸਾਨੂੰ ਡੰਗਰਾਂ ਨੂੰ ਖਲ ਦਾਣਾ ਚਾਰਾ ਨਹੀਂ ਹੈਗਾ ਜੀ, 2 ਦਿਨਾਂ ਤੋਂ ਭੁੱਖੇ ਮਰ ਰਹੇ ਨੇਗੇ ਜੀ। ਇੱਥੇ ਪਰਮਿਸ਼ਨ ਲੈਣ ਆਏ ਨੇ, 2-2 ਘੰਟਿਆਂ ਦੀ ਪਰਮਿਸ਼ਨ ਦੇਣੇ, 2 ਘੰਟਿਆਂ 'ਚੋਂ ਕਿਹੜਾ ਕੁਛ ਵੀ ਨਹੀਂ ਆਉਂਦਾ ਹੈਗਾ ਜੀ ਘਰ ਵਿੱਚ, ਕਿ ਤੂੜੀ ਵੀ ਹੁਣ ਦੂਰੋਂ ਪਿੰਡੋਂ ਆਉਂਦੀ ਹੈ ਜੀ, ਦਾਣਾ ਵੀ ਪਹਿਲਾਂ ਪੀਸੂਗਾ ਫਿਰ ਨਿਕਲੂਗਾ ਜੀ। ਕਿੰਨੇ ਪਸ਼ੂ ਨੇ ਅਤੇ ਕਦੋਂ ਤੋਂ ਸਮੱਸਿਆ ਆ ਰਹੀ ਹੈ? ਸਾਨੂੰ ਜੀ ਇੱਕ ਸਮੱਸਿਆ ਤਾਂ ਹੁਣ 5-4 ਦਿਨਾਂ ਦਾ ਦਾਣਾ ਮੁੱਕਿਆ ਹੋਇਆ ਜੀ, ਤੁਸੀਂ ਮੰਨੋ ਜੀ। ਹੁਣ ਅੱਜ DC ਪਰਮਿਸ਼ਨ ਲੈਣ ਆ ਗਿਆ, ਹਜੇ ਟਾਈਮ ਸਵੇਰ ਦਿਆਂ ਹੋਇਆ 9 ਵਜੇ 15-16 ਡੰਗਰਾਂ ਦੀ ਸਮੱਸਿਆ ਜੀ। ਸਾਨੂੰ ਮੰਗ ਤਾਂ ਅਸੀਂ ਇਹੀ ਕਰਦੇ, ਸਾਨੂੰ ਪਸ਼ੂਆਂ ਨੂੰ ਦਾਣਾ ਪਾਣੀ ਸਹੀ ਮਿਲੀ ਜਾਵੇ ਜੀ, ਇਹੀ ਬਸ। ਹੋਰ ਕੋਈ ਸਵੇਰੇ ਸਾਨੂੰ ਹੁਣ ਘੱਟੋ ਘੱਟ 2 ਦਿਨਾਂ ਦੀ ਪਰਮਿਸ਼ਨ ਤਾਂ ਦੇਣ ਜੀ, ਪੂਰੇ ਦਿਨ ਦੀ। 1 ਦਿਨ 'ਚ ਦਾਣਾ ਨਿਕਲੂ, 1 ਦਿਨ ਤੂੜੀ ਆਊਗੀ ਜੀ। ਦੁੱਧ ਦੀ ਸਮੱਸਿਆ ਪਾਉਣ ਵੇਲੇ ਆਉਂਦੀ ਹੈ ਜੀ, ਘਰੇ ਸੰਭਾਲ ਨਹੀਂ ਸਕਦੇ ਹੈਗੇ, ਇਹ ਵੀ ਸਮੱਸਿਆ ਆਏਗੀ ਜੀ। ਸਾਨੂੰ ਘੇਰਦੇ ਨੇ ਰਾਹ 'ਚ, ਪੁਲਿਸ ਵਾਲੇ ਤੰਗ ਕਰਦੇ ਨੇ, ਦੁੱਧ ਵਾਲਾ ਫੋਨ, ਦੁੱਧ ਖਰਾਬ ਜਾਂਦਾ ਘਰੇ ਜੀ। ਹਾਂ, ਸਾਨੂੰ ਪਾਸ ਦੀ ਮੰਗ ਚਾਹੀਦੀ ਜੀ, ਕਿ 2-4 ਘੰਟੇ ਸਾਨੂੰ 1-2 ਘੰਟੇ ਦੇਣ, ਕਿ ਦੁੱਧ ਉਹ ਸੁਬਹ ਸ਼ਾਮ ਦੇਣ, ਕਿ ਉਹ 'ਚ ਪਾਉਣ ਆਪਦਾ ਜੀ। ਪ੍ਰਾਈਵੇਟ ਮੁਲਾਜ਼ਮ ਜੋ ਫੈਕਟਰੀ 'ਚ ਕੰਮ ਕਰਦੇ ਨੇ, ਫੈਕਟਰੀ ਬੰਦ ਹੋ ਗਈ, ਉਹਨਾਂ ਦੇ ਖਾਣ ਪੀਣ ਦੇ ਲਾਲੇ ਪਏ ਹੋਏ ਨੇ। ਜ਼ਿਲ੍ਹਾ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ ਤਾਂ ਦਿੱਤਾ, ਪਰ ਇਸ ਨੰਬਰ ਉੱਪਰ ਕਿਸੇ ਤਰ੍ਹਾਂ ਦੀ ਮਦਦ ਨਹੀਂ ਮਿਲ ਰਹੀ। ਲੋਕ ਘੰਟੇ ਪਰਮਿਸ਼ਨ ਲੈਣ ਦੇ ਲਈ SDM ਦਫ਼ਤਰ ਦੇ ਬਾਹਰ ਲੋਕ ਇੰਤਜ਼ਾਰ 'ਚ ਖੜ੍ਹੇ ਪਰੇਸ਼ਾਨ ਹੋ ਰਹੇ ਨੇ। ਇਹਨਾਂ ਸਾਰੀਆਂ ਦਿੱਕਤਾਂ ਨੂੰ ਲੈ ਕੇ ਜਦੋਂ SDM ਦਫ਼ਤਰ ਬਰਨਾਲਾ ਜਾ ਕੇ ਚੈੱਕ ਕੀਤਾ ਗਿਆ, ਤਾਂ ਉੱਥੇ ਦਿੱਕਤ ਦਾ ਸਾਹਮਣਾ ਕਰਦੇ ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਦਿੱਤਾ ਗਿਆ, ਉਸਦਾ ਕੋਈ ਫਾਇਦਾ ਨਹੀਂ। ਜਦੋਂ ਕਰਫਿਊ ਦੀ ਉਲੰਘਣਾ ਕਰਦੇ ਜਿਵੇਂ ਤਿਵੇਂ SDM ਦਫ਼ਤਰ ਪਹੁੰਚਦੇ ਨੇ, ਤਾਂ ਉੱਥੇ ਜ਼ਰੂਰੀ ਕੰਮ ਅਤੇ ਦਿੱਕਤਾਂ ਦੇ ਲਈ ਪਰਮਿਸ਼ਨ ਲੈਣ ਦੇ ਲਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ। ਪਰਮਿਸ਼ਨ ਦੇ ਲਈ ਫਾਰਮ ਭਰਵਾਇਆ ਜਾਂਦਾ, 1 ਫੋਟੋ ਵੀ ਲਗਵਾਈ ਜਾਂਦੀ ਹੈ। SDM ਦਫ਼ਤਰ ਦੇ ਕੰਮ ਕਰਨ ਵਾਲੇ ਆਪਣੇ ਤਰੀਕੇ ਨਾਲ ਕੰਮ ਕਰ ਰਹੇ ਨੇ, ਪਰੰਤੂ ਦਫ਼ਤਰ 'ਚ ਬਾਹਰ ਬੈਠੇ ਲੋਕ ਆਪਣੀਆਂ ਮਜਬੂਰੀਆਂ ਦੱਸ ਪਰੇਸ਼ਾਨ ਹੋ ਰਹੇ ਨੇ। ਜਰਨੈਲ ਸਿੰਘ ਜੀ। ਜਰਨੈਲ ਸਿੰਘ ਜੀ, ਕੀ ਸਮੱਸਿਆ ਹੈਗੀ, ਕਿੱਥੋਂ ਬਿਲੋਂਗ ਕਰਦੇ? ਸੁਨਾਮ ਤੋਂ ਬਿਲੋਂਗ ਕਰਦੇ ਜੀ। ਮੈਂ ਆਪਣੇ ਘਰ ਜਾਣਾ ਸੀ, ਪਰਮਿਸ਼ਨ ਲੈਣ ਆਇਆ ਸੀ। ਉਹ ਕਹਿੰਦੇ ਸਿਰਫ ਮੈਡੀਕਲ ਕੇਸ ਨੂੰ ਅਸੀਂ ਬਰਨਾਲੇ ਆਪਣਾ ਟ੍ਰਾਈਡੈਂਟ ਦੇ ਵਿੱਚ ਕੰਟੈਕਟ ਹੈ। ਕੰਮ ਜੋ ਵੀ ਆਪਣੀ ਪੰਜਾਬ ਗੌਰਮੈਂਟ ਦੀਆਂ ਹਦਾਇਤਾਂ ਮੁਤਾਬਕ ਫੈਕਟਰੀ ਬੰਦ ਕਰਤੀ, ਅਤੇ ਹੁਣ ਆਪਣੇ ਘਰ ਜਾਣਾ ਸੀ। ਪ੍ਰਸ਼ਾਸਨ ਕਹਿੰਦਾ ਵੀ ਨਹੀਂ, ਕੋਈ ਲੋ ਨਹੀਂ ਹੈ ਵੀ ਸਾਨੂੰ ਇੱਦਾਂ ਪਰਮਿਸ਼ਨ ਮਿਲਣੀ ਚਾਹੀਦੀ। ਆਪਾਂ ਪ੍ਰੋਪਰ ਜਦੋਂ ਉਹ ਲੈ ਕੇ ਜਾਂਦੇ ਹਾਂ ਪਰਮਿਸ਼ਨ, ਇੱਥੇ ਇੱਕ ਰਹਿਣਾ, ਰੋਟੀ ਪਾਣੀ ਦਾ ਔਖਾ ਹੁੰਦਾ, ਰੈਂਟ 'ਤੇ ਰਹਿੰਦੇ ਆਪਾਂ। ਉੱਥੇ ਹੀ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਸੁਣੋ ਤਾਂ ਉਹਨਾਂ ਦਾ ਕਹਿਣਾ ਕਿ ਅਜੇ ਕਰਫਿਊ ਦੀ ਵਜ੍ਹਾ ਨਾਲ ਬਣੇ ਹਾਲਾਤਾਂ ਨੂੰ ਸੰਭਾਲਣ 'ਚ ਦਿਨ ਰਾਤ ਲੱਗੇ ਨੇ, ਪਰ ਉਹਨਾਂ ਦਾ ਦਾਅਵਾ ਹੈ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਪਾਸ ਸਿਸਟਮ ਹੈ ਜਿਹੜਾ ਜੀ, ਉਹ ਅਸੀਂ ਐਕਸਟ੍ਰੀਮ ਮੈਡੀਕਲ ਕੇਸਿਸ ਦੇ ਵਿੱਚ ਪਾਸ ਬਣਾ ਰਹੇ ਹਾਂ। ਕਿਸੇ ਦੀ ਕੀਮੋਥੈਰੇਪੀ ਹੋਣੀ ਹੈ, ਡਿਲੀਵਰੀ ਹੈ, ਕਿਸੇ ਦਾ ਡਾਇਲਿਸਿਸ ਹੈਗਾ, ਉਹਦੇ ਵਿੱਚ ਅਸੀਂ ਆਪਦਾ ਈਮੇਲ ID ਸਰਕੂਲੇਟ ਕੀਤਾ ਹੋਇਆ, ਅਤੇ ਜਿਹੜੇ ਬੰਦੇ ਟੈਲੀਫੋਨ ਸਾਨੂੰ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਪ੍ਰੇਰਿਤ ਕਰ ਰਹੇ ਹਾਂ ਵੀ ਆਪਣੀ ਐਪਲੀਕੇਸ਼ਨ, ਆਧਾਰ ਕਾਰਡ ਅਤੇ ਮੈਡੀਕਲ ਡਾਕੂਮੈਂਟ ਸਾਨੂੰ ਈਮੇਲ ਕਰਨ। ਬਿਕੋਜ਼ COVID-19 ਦੇ ਵਿੱਚ ਜੋ ਹਦਾਇਤਾਂ ਹੈ ਸਰਕਾਰ ਦੀਆਂ ਵੀ 10 ਬੰਦੇ ਤੋਂ ਵੱਧ ਇਕੱਠੇ ਨਾ ਹੋਣ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ, ਉਹ ਚੀਜ਼ ਨੂੰ ਅਸੀਂ ਸਟ੍ਰਿਕਟਲੀ ਇਨਫੋਰਸ ਕਰਾਉਣਾ ਚਾਹੁੰਦੇ ਹੈਗੇ ਹਾਂ। ਹੁਣ ਅੱਜ ਤੋਂ ਅਸੀਂ 2 ਨੰਬਰ ਵਟਸਐਪ ਦੇ ਵੀ ਆਪਣੀ ਹੈਲਪਲਾਈਨ ਜਾਂ ਕੰਟਰੋਲ ਰੂਮ 'ਤੇ ਚਲਾਤੇ ਨੇ। ਕੋਈ ਬੰਦਾ ਕਿਸੇ ਤਰੀਕੇ ਦਾ ਪਾਸ, ਪਰਮਿਸ਼ਨ ਜਾਂ ਕੋਈ ਵੀ ਹੋਰ ਚੀਜ਼ ਸਾਡੇ ਕੋਲ ਅਪਲਾਈ ਕਰਨਾ ਚਾਹੁੰਦਾ, ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਸਾਡੀ ਈਮੇਲ ID ਜਾਂ ਸਾਡੇ ਜਿਹੜੇ 2 ਵਟਸਐਪ ਨੰਬਰ ਨੇ ਉਹਨਾਂ ਦੇ ਉੱਪਰ ਅਪਲਾਈ ਕਰਨ।
पासिस असी तकरीबन 42 रिलीज़ किए हैगे ने पुण छाण के जिहड़े जेन्युइन केसिज ने कंपैशन देख के उन्हां दा उसे तरीके नाल जारी किए ने ते असी अगे भी करते रहांगे बट अपील करांगे सारे शहर निवासियों नूं इलाका निवासियों नूं कि साडे ऑफिस विजिट ना करो करफ्यू की उलंघना ना करो 144 लगी हुई हैगी है एप्लीकेशन सानू दरखास्त सानू अपनी साड़ी कंट्रोल रूम की ईमेल आई डी भेजन असी इमीजिएटली रिस्पोंड करांगे 24 आवर्स साडा हेल्पलाइन चल रहा है नहीं प्रोसैस साडा फास्ट है इट इज़ जस्ट के वो जिहड़े नॉन जेन्युइन केसिज आउंदे हैं उहदे करके जेन्युइन केस डिले हो जाता है नहीं मेरे देखो ये केस ध्यान च नहीं है अगेन मैं बेनती करूँगा कि 144 या करफ्यू की उलंघना ना करो सानू एप्लीकेशन व्हाट्सएप पर भेजो या ईमेल करो वैसे भी जे कोई पेशेंट हैगा कोई किसी भी बीमारी तो पीड़ित है वो अपने घरों ना निकले प्रशासन की अपनी दलील है पर लोग परेशान हो रहे ने खजल खुआर हो रहे ने तो उन्हों का भी ध्यान रखना प्रशासन की ही जिम्मेवारी है सिख न्यूज़ एक्सप्रेस लिए सुखचरणप्रीत बरनाला।